ਇਹ ਲੈਜੰਡ ਯੁਵਰਾਜ ਸਿੰਘ ਦੀ ਪਹਿਲੀ ਗੱਡੀ ਹੈ। 1999 ਦੇ ਵਿੱਚ ਜਦ ਵਰਲਡ ਕੱਪ ਜਿੱਤ ਕੇ ਆਇਆ, ਮੈਨ ਆਫ ਦਾ ਸੀਰੀਜ਼ ਅਵਾਰਡ ਮਿਲਿਆ ਉਹਨੂੰ। ਸੋ ਕਾਫੀ ਦੇਰ ਹੋ ਗਈ, ਨੀਅਰਲੀ 25 ਈਅਰਸ। ਮੈਂ ਸੋਚਿਆ ਵੀ ਇਹਨੂੰ ਪੇਂਟ ਫੂਟ ਕਰਾ ਕੇ ਫਸਟ ਕਲਾਸ ਨਵੀਂ ਬਣਾਉਣੀ, ਕਿਉਂਕਿ ਐਂਟੀ ਗੱਡੀ ਰੱਖਣੀ ਹੈ ਫੋਰ ਗ੍ਰੈਂਡ ਚਿਲਡਰਨ, ਗ੍ਰੇਟ ਗ੍ਰੈਂਡ ਚਿਲਡਰਨ ਟੂ ਸੀ ਇਹਨਾਂ ਦੀ ਫੈਮਿਲੀ ਜਿਹੜਾ ਲੈਜੈਂਡ ਬਣਿਆ ਉਹਨੇ, ਉਹਦੀ ਪਹਿਲੀ ਗੱਡੀ ਸੀ। ਸੋ ਮੈਂ ਇਹਨੂੰ ਪੇਂਟ ਕਰਾਇਆ ਔਰ ਅੰਦਰ ਸਾਰਾ ਸਭ ਚੀਜ਼ਾਂ ਨਵੀਆਂ ਲਵਾਈਆਂ। ਅਤੇ ਕਈ ਵਾਰੀ ਚੱਲਦੇ ਚੱਲਦੇ ਟ੍ਰੈਫਿਕ ਪੁਲਿਸ ਵਾਲੇ ਵੀ ਕਹਿੰਦੇ ਰਾਈਡ ਦਿਓ, ਬਿਠਾ ਲੈਣਾ ਉਹਨਾਂ ਨਾਲ, ਬੜਾ ਪਿਆਰ ਕਰਦੇ ਆ ਸਾਰੇ। ਔਰ ਆਈ ਐਮ ਸ਼ੋਰ ਕਿ ਜਿਹੜੀ ਚੀਜ਼ ਹੈਗੀ ਹੈ ਮੇਰੇ ਜਾਣ ਤੋਂ ਬਾਅਦ ਵੀ ਰਹੇਗੀ ਫੈਮਿਲੀ ਦੇ ਵਿੱਚ, ਇਸ ਤਰ੍ਹਾਂ ਹੀ ਰਹੇਗੀ, ਬਿਕੋਜ਼ ਇਹ ਗੱਡੀ ਜਿਹੜੀ ਹੈਗੀ ਹੈ UV ਦੀ ਪਹਿਲੀ ਕਾਰ ਸੀ। ਬੜੀ ਵਾਰੀ ਉਹ ਕਹਿੰਦੇ ਸੀ ਡੈਡ ਗੱਡੀ ਚਾਹੀਦੀ ਹੈ, ਗੱਡੀ ਚਾਹੀਦੀ, ਮੈਂ ਕਿਹਾ ਪਹਿਲਾਂ ਕੁਛ ਕਰਕੇ ਦਿਖਾ ਫਿਰ ਗੱਡੀ ਲੈ ਕੇ ਦਿਓ। ਸੋ ਪਹਿਲੀ ਹੋਂਡਾ ਸਪੋਰਟਸ ਮਾਡਲ ਗੱਡੀ ਸੀ ਜਿਹੜੀ ਲਈ ਹੈ, ਐਂਡ ਆਈ ਐਮ ਸ਼ੋਰ ਹੀ ਵਿਲ ਬੀ ਵੈਰੀ ਹੈਪੀ, ਅਤੇ ਦੀ ਇੰਟਾਇਰ ਫੈਮਿਲੀ ਇਜ਼ ਵੈਰੀ ਹੈਪੀ, ਦ ਚਿਲਡਰਨ ਹਿਜ਼ ਬ੍ਰਦਰ ਸਿਸਟਰ ਮਸਟ ਬੀ ਵੈਰੀ ਹੈਪੀ। ਸੋ ਆਈ ਹੋਪ ਦੇ ਕੀਪ ਦ ਕਾਰ ਲਾਈਕ ਦਿਸ, ਐਂਡ ਆਈ ਥਿੰਕ ਇਟਸ ਲੁਕਿੰਗ ਬ੍ਰੈਂਡ ਨਿਊ। ਉਦੋਂ ਜਦ ਲੈਣ ਲੱਗੇ ਸੀ ਉਦੋਂ ਯੈਲੋ ਕਲਰ ਨਹੀਂ ਸੀਗਾ, ਰੈੱਡ ਕਲਰ ਸੀਗਾ। ਫਿਰ ਇਹ ਕਹਿੰਦਾ ਮੈਨੂੰ ਰੈੱਡ ਪਸੰਦ ਨਹੀਂ ਹੈ, ਅਤੇ ਯੈਲੋ ਅਵੇਲੇਬਲ ਨਹੀਂ ਸੀ, ਪਰ ਯੈਲੋ ਕਲਰ ਇਜ਼ ਪ੍ਰੋਬਲੀ ਇਜ਼ ਫੇਵਰੇਟ ਕਲਰ। ਸੋ ਆਈ ਥੋਟ ਕਿ ਯੈਲੋ ਕਲਰ ਕਰਾ ਦਿੰਦੇ। ਦੂਜੇ ਪਾਸੇ ਯੋਗਰਾਜ ਸਿੰਘ ਮੈਨ ਆਫ ਦਾ ਸੀਰੀਜ਼ ਲਿਖਿਆ ਹੋਇਆ ਅੰਡਰ 19 ਵਰਲਡ ਕੱਪ, ਇੱਧਰ ਯੁਵਰਾਜ ਸਿੰਘ ਦਾ ਨਾਮ ਲਿਖਿਆ ਹੋਇਆ ਜਿਹਨਾਂ ਨੂੰ ਮੈਂ ਗੱਡੀ ਬਣਾਉਣ ਵਾਸਤੇ ਆਈ ਥਿੰਕ ਬੜੇ ਪਿਆਰ ਨਾਲ ਬੜੇ ਚਾਅ ਨਾਲ ਬਣਾਈ ਹੈ ਗੱਡੀ, ਐਂਡ ਕਮਲ ਸਰ ਨੇ ਬੜੀ ਹੈਲਪ ਕੀਤੀ ਹੈ ਗੱਡੀ ਬਣਾਉਣ ਵਾਸਤੇ। ਸੋ ਇੱਦਾਂ ਜਿਹੜੀਆਂ ਯਾਦਾਂ ਨੇ ਇੱਦਾਂ ਤਾਜ਼ਾ ਹੁੰਦੀਆਂ ਰਹਿੰਦੀਆਂ ਨੇ, ਐਂਡ ਉਹ ਮਿਊਜ਼ਿਕ ਸਿਸਟਮ ਸੇਮ ਹੀ ਹੈ ਜਿਹੜਾ ਯੂਵੀ ਨਾਲ ਆਇਆ ਸੀ। ਸੋ ਆਈ ਹੋਪ ਦੇ ਹੈਵ ਨੋਟ ਚੇਂਜ ਸਪੀਕਰਸ, ਪਰ ਮੇ ਬੀ ਯੈਸ, ਮੇਰੇ ਕੋਲ ਸਿਸਟਮ ਨਵਾਂ ਹੀ ਲੱਗ ਗਿਆ, ਐਂਡ ਨਵਾਂ ਹੀ ਲਵਾਇਆ ਆਈ ਐਮ ਸ਼ੋਰ। ਸੋ ਆਈ ਥਿੰਕ ਵਨ ਡੇ ਵੈਨ ਹੀ ਕਮਸ ਹੇਅਰ ਵੀ ਵਿਲ ਆਲ ਹੈਵ ਅ ਰਾਈਡ, ਓਰੈਨ ਐਂਡ ਔਰਾ ਵਿਲ ਬੀ ਸਿਟਿੰਗ ਇਨ ਦਿਸ ਕਾਰ ਐਂਡ ਡਰਾਈਵਿੰਗ ਟੂ ਸੀ ਹਿਜ਼ ਸੀ ਦੇ ਫਾਦਰਸ ਕਾਰ, ਐਂਡ ਐਜ਼ ਅ ਫੈਮਿਲੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਹਫ਼ਤੇ ਦੋ ਵਾਰੀ ਸਾਰੇ ਚਲਾਇਆ ਕਰੋ, ਸੋ ਦੇ ਕੈਨ ਹੈਵ ਅ ਫੀਲ ਆਫ ਦ ਯੂਨਾਈਟਿਡ ਫੈਮਿਲੀ। ਇਹ ਲੈਜੰਡ ਯੁਵਰਾਜ ਸਿੰਘ ਦੀ ਪਹਿਲੀ ਗੱਡੀ ਹੈ। 1999 ਦੇ ਵਿੱਚ ਜਦ ਵਰਲਡ ਕੱਪ ਜਿੱਤ ਕੇ ਆਇਆ, ਮੈਨ ਆਫ ਦਾ ਸੀਰੀਜ਼ ਅਵਾਰਡ ਮਿਲਿਆ ਉਹਨੂੰ। ਸੋ ਕਾਫੀ ਦੇਰ ਹੋ ਗਈ, ਨੀਅਰਲੀ 25 ਈਅਰਸ। ਮੈਂ ਸੋਚਿਆ ਵੀ ਇਹਨੂੰ ਪੇਂਟ ਫੂਟ ਕਰਾ ਕੇ ਫਸਟ ਕਲਾਸ ਨਵੀਂ ਬਣਾਉਣੀ, ਕਿਉਂਕਿ ਐਂਟੀ ਗੱਡੀ ਰੱਖਣੀ ਹੈ ਫੋਰ ਗ੍ਰੈਂਡ ਚਿਲਡਰਨ, ਗ੍ਰੇਟ ਗ੍ਰੈਂਡ ਚਿਲਡਰਨ ਟੂ ਸੀ ਇਹਨਾਂ ਦੀ ਫੈਮਿਲੀ ਜਿਹੜਾ ਲੈਜੈਂਡ ਬਣਿਆ ਉਹਨੇ, ਉਹਦੀ ਪਹਿਲੀ ਗੱਡੀ ਸੀ। ਸੋ ਮੈਂ ਇਹਨੂੰ ਪੇਂਟ ਕਰਾਇਆ ਔਰ ਅੰਦਰ ਸਾਰਾ ਸਭ ਚੀਜ਼ਾਂ ਨਵੀਆਂ ਲਵਾਈਆਂ। ਅਤੇ ਕਈ ਵਾਰੀ ਚੱਲਦੇ ਚੱਲਦੇ ਟ੍ਰੈਫਿਕ ਪੁਲਿਸ ਵਾਲੇ ਵੀ ਕਹਿੰਦੇ ਰਾਈਡ ਦਿਓ, ਬਿਠਾ ਲੈਣਾ ਉਹਨਾਂ ਨਾਲ, ਬੜਾ ਪਿਆਰ ਕਰਦੇ ਆ ਸਾਰੇ। ਔਰ ਆਈ ਐਮ ਸ਼ੋਰ ਕਿ ਜਿਹੜੀ ਚੀਜ਼ ਹੈਗੀ ਹੈ ਮੇਰੇ ਜਾਣ ਤੋਂ ਬਾਅਦ ਵੀ ਰਹੇਗੀ ਫੈਮਿਲੀ ਦੇ ਵਿੱਚ, ਇਸ ਤਰ੍ਹਾਂ ਹੀ ਰਹੇਗੀ, ਬਿਕੋਜ਼ ਇਹ ਗੱਡੀ ਜਿਹੜੀ ਹੈਗੀ ਹੈ UV ਦੀ ਪਹਿਲੀ ਕਾਰ ਸੀ। ਬੜੀ ਵਾਰੀ ਉਹ ਕਹਿੰਦੇ ਸੀ ਡੈਡ ਗੱਡੀ ਚਾਹੀਦੀ ਹੈ, ਗੱਡੀ ਚਾਹੀਦੀ, ਮੈਂ ਕਿਹਾ ਪਹਿਲਾਂ ਕੁਛ ਕਰਕੇ ਦਿਖਾ ਫਿਰ ਗੱਡੀ ਲੈ ਕੇ ਦਿਓ। ਸੋ ਪਹਿਲੀ ਹੋਂਡਾ ਸਪੋਰਟਸ ਮਾਡਲ ਗੱਡੀ ਸੀ ਜਿਹੜੀ ਲਈ ਹੈ, ਐਂਡ ਆਈ ਐਮ ਸ਼ੋਰ ਹੀ ਵਿਲ ਬੀ ਵੈਰੀ ਹੈਪੀ, ਅਤੇ
the entire family is very happy. The children, his brother, sisters must be very happy. So I hope they'll keep the car like this. And I think it's looking brand new. ਉਦੋਂ ਜਦ ਲੈਣ ਲੱਗੇ ਸੀ ਉਦੋਂ ਯੈਲੋ ਕਲਰ ਨਹੀਂ ਸੀਗਾ, ਰੈੱਡ ਕਲਰ ਸੀਗਾ। ਫਿਰ ਇਹ ਕਹਿੰਦਾ ਮੈਨੂੰ ਰੈੱਡ ਪਸੰਦ ਨਹੀਂ ਹੈ ਅਤੇ ਯੈਲੋ ਅਵੇਲੇਬਲ ਨਹੀਂ ਸੀ, ਪਰ ਯੈਲੋ ਕਲਰ ਇਜ਼ ਪ੍ਰੋਬਲੀ ਇਜ਼ ਫੇਵਰੇਟ ਕਲਰ, ਸੋ ਆਈ ਥੋਟ ਕਿ ਯੈਲੋ ਕਲਰ ਕਰਾ ਦਿੰਦੇ। ਦੂਜੇ ਪਾਸੇ ਯੋਗਰਾਜ ਸਿੰਘ ਮੈਨ ਆਫ ਦਾ ਸੀਰੀਜ਼ ਲਿਖਿਆ ਹੋਇਆ ਅੰਡਰ 19 ਵਰਲਡ ਕੱਪ, ਇੱਧਰ ਯੋਗਰਾਜ ਸਿੰਘ ਦਾ ਨਾਮ ਲਿਖਿਆ ਹੋਇਆ ਜਿਹਨਾਂ ਨੂੰ ਮੈਂ ਗੱਡੀ ਬਣਾਉਣ ਵਾਸਤੇ ਆਈ ਥਿੰਕ ਬੜੇ ਪਿਆਰ ਨਾਲ ਬੜੇ ਚਾਅ ਨਾਲ ਬਣਾਈ ਹੈ ਗੱਡੀ। ਐਂਡ ਕਮਲ ਸਰ ਨੇ ਬੜੀ ਹੈਲਪ ਕੀਤੀ ਹੈ ਗੱਡੀ ਚਲਾ ਬਣਾਉਣ ਵਾਸਤੇ। ਸੋ ਇੱਦਾਂ ਜਿਹੜੀਆਂ ਯਾਦਾਂ ਨੇ ਇੱਦਾਂ ਤਾਜ਼ਾ ਹੁੰਦੀਆਂ ਰਹਿੰਦੀਆਂ ਨੇ। ਐਂਡ ਉਹ ਮਿਊਜ਼ਿਕ ਸਿਸਟਮ ਸੇਮ ਹੀ ਹੈ ਜਿਹੜਾ ਯੂਵੀ ਨਾਲ ਆਇਆ ਸੀ, ਸੋ ਆਈ ਹੋਪ ਦੇ ਹੈਵ ਨੋਟ ਚੇਂਜ ਸਪੀਕਰਸ ਫਰ ਮੇ ਬੀ ਯੈਸ, ਮੇਰਾ ਸਿਸਟਮ ਨਵਾਂ ਹੀ ਲੱਗ ਗਿਆ। ਐਂਡ ਨਵਾਂ ਹੀ ਲਵਾਇਆ ਆਈ ਐਮ ਸ਼ੋਰ। ਸੋ ਆਈ ਥਿੰਕ ਵਨ ਡੇ ਵੈਨ ਹੀ ਕਮਸ ਹੇਅਰ ਵੀ ਵਿਲ ਆਲ ਹੈਵ ਅ ਰਾਈਡ, ਓਰੈਨ ਐਂਡ ਔਰਾ ਵਿਲ ਬੀ ਸਿਟਿੰਗ ਇਨ ਦਿਸ ਕਾਰ ਐਂਡ ਡਰਾਈਵਿੰਗ ਟੂ ਸੀ ਹਿਸ ਸੀ ਦੇ ਫਾਦਰਸ ਕਾਰ। ਐਂਡ ਐਜ਼ ਅ ਫੈਮਿਲੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਹਫ਼ਤੇ ਦੋ ਵਾਰੀ ਸਾਰੇ ਚਲਾਇਆ ਕਰੋ, ਸੋ ਦੇ ਕੈਨ ਹੈਵ ਅ ਫੀਲ ਆਫ ਦ ਯੂਨਾਈਟਿਡ ਫੈਮਿਲੀ।